ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਸਭ ਦਾ ਆਪਣੇ ਚੈਨਲ 'ਤੇ। ਅਤੇ ਅੱਜ ਹੈਗਾ ਇਹ 11:30 ਵਜੇ ਦਾ ਟਾਈਮ ਆ ਮੋਰਨਿੰਗ ਦਾ, ਅਤੇ ਅਸੀਂ ਅੱਜ ਤਿਆਰ ਹੋ ਗਏ ਸੀਗੇ ਅਤੇ ਅੱਜ ਜਾ ਰਹੇ ਸੀਗੇ। ਮੇਰੀ ਮਾਸੀ ਜੀ ਦੀ ਪੋਤੀ ਦੀ ਅੰਗੇਜਮੈਂਟ ਹੈ ਪੈਲਸ ਦੇ ਵਿੱਚ, ਉੱਥੇ ਜਾ ਰਹੇ ਸੀਗੇ ਅੱਜ ਸਵੇਰੇ। ਅਤੇ ਮੌਸਮ ਆ ਜਿਹੜਾ ਅੱਜ ਵੀ ਬਹੁਤ ਠੰਡਾ ਸੀਗਾ, ਧੁੱਪ ਨਹੀਂ ਨਿਕਲਣੀ ਸੀ, ਧੁੰਦ ਹੀ ਸੀਗੀ ਬਸ। ਅਤੇ ਮੱਝਾਂ ਵੈਸੇ ਅਸੀਂ ਬਾਹਰ ਕੱਢ ਦਿੱਤੀਆਂ ਸੀਗੀਆਂ ਪਾਣੀ ਪਿਲਾ ਕੇ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਜੀ, ਜੋ ਵੀ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਿਹਾ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਅਤੇ ਜੇ ਵੀਡੀਓ ਪਸੰਦ ਆਉਂਦੀ ਹੈ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ, ਅਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਅਤੇ ਚਲੋ ਜੀ, ਹੁਣ ਆਪਾਂ ਚੱਲਦੇ ਹਾਂਗੇ ਉੱਥੇ ਪੈਲਸ ਦੇ ਵਿੱਚ, ਅਤੇ ਉੱਥੇ ਦਿਖਾਉਂਦੇ ਹਾਂ ਤੁਹਾਨੂੰ ਵੀ ਕਿੱਦਾਂ ਦਾ ਜਿਹੜਾ ਇਹ ਅੰਗੇਜਮੈਂਟ ਦਾ ਫੰਕਸ਼ਨ ਰੱਖਿਆ ਹੋਇਆ ਉੱਥੇ। ਅਤੇ ਇੱਥੇ ਅਸੀਂ ਉੱਥੇ ਜਾ ਕੇ ਅੰਦਰ ਬੈਠ ਗਏ ਸੀਗੇ ਰੂਮ ਦੇ ਵਿੱਚ। ਅਤੇ ਇਹ ਹੈਗੀ ਆ ਮਾਸੀ ਜੀ ਦੀ ਪੋਤੀ ਜਿਹਦੀ ਅੰਗੇਜਮੈਂਟ ਆ। ਅਤੇ ਇੱਥੇ ਹੁਣ ਜਾ ਰਹੀ ਆ ਰੀਬਨ ਕੱਟਣ ਦੀ ਰਸਮ। ਅਤੇ ਇੱਥੇ ਹੋ ਰਹੀ ਆ ਰਿੰਗ ਸੈਰੇਮਨੀ ਦੀ ਰਸਮ। ਅਤੇ ਇੱਥੇ ਸਾਰੇ ਸ਼ਗਨ ਕਰ ਰਹੇ ਆ, ਇਹ ਦੀਦੀ ਹੁਣੀ ਸਾਰੇ ਕਰ ਰਹੇ ਆ, ਅਸੀਂ ਵੀ। ਅਤੇ ਪਹਿਲਾਂ ਮਾਸੀ ਜੀ ਅਤੇ ਮਾਸੜ ਜੀ ਸ਼ਗਨ ਕਰਕੇ ਗਏ ਆ।
ਇੱਥੇ ਸ਼ਗਨ ਹੋਣ ਤੋਂ ਬਾਅਦ ਸਾਰੇ ਜਿਹੜਾ ਡਾਂਸ ਕਰਨ ਲੱਗ ਗਏ ਸੀਗੇ, ਇੰਜੋਏ ਕਰ ਰਹੇ ਸੀ ਸਾਰੇ। ਅਤੇ ਉਸ ਤੋਂ ਬਾਅਦ ਫਿਰ ਆ ਗਏ ਸੀ ਅਸੀਂ ਇੱਥੇ ਰੋਟੀ ਖਾਣ ਵਾਸਤੇ, ਕਿਉਂਕਿ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਸੀਗਾ, 4 ਕੁ ਵਜੇ ਦਾ ਟਾਈਮ ਹੋ ਗਿਆ ਸੀਗਾ ਸ਼ਾਇਦ। ਅਤੇ ਬਸ ਰੋਟੀ ਖਾਣ ਤੋਂ ਬਾਅਦ ਫਿਰ ਅਸੀਂ ਘਰ ਜਾਵਾਂਗੇ। ਇੱਥੇ ਹੁਣ ਜਿਹੜੀਆਂ ਸਾਰੀ ਰਸਮਾਂ ਬਹੁਤ ਹੀ ਵਧੀਆ ਚੰਗੀ ਤਰ੍ਹਾਂ ਹੋ ਗਈਆਂ ਸੀ, ਅਤੇ ਅਸੀਂ ਜਾ ਰਹੇ ਹਾਂਗੇ ਘਰ ਵਾਪਸ। ਅਤੇ ਹੁਣ ਆਪਾਂ ਅੱਜ ਦੀ ਵੀਡੀਓ ਵੀ ਇੱਥੇ ਹੀ ਖਤਮ ਕਰਦੇ ਹਾਂ ਜੀ। ਜੇ ਵੀਡੀਓ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ। ਚਲੋ ਜੀ, ਮਿਲਦੇ ਹਾਂ ਅਗਲੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ ਜੀ ਸਾਰੇ।